रात वेले सरकारी क्वार्टर के बाहर इकट्ठे हुए लोग ते हस्पताल चे बेसुध हालत चे जेरे इलाज ए नौजवान। इस दी जवान घरवाली ने अज जो काम किया उसनू ना सहारते हुए इसनू हस्पताल दाखिल करवाया गया। विआह तो बाद चल रहे नाजायज़ संबंधा ने इस दे पूरे घर नू ही तबाह करके रख दिता है। मामला है संगरूर दा। कमलजीत सिंह नां दा नौजवान भवानीगढ़ तो आके इत्थे बाबा साहब दा समाध नाभा गेट विखे सरकारी क्वार्टर च अपनी 40 साल घरवाली अमनपाल कौर अते 4 साल दी धी भावना नाल रह रहा सी। कमलजीत ITI सुनाम विखे बतौर इंस्ट्रक्टर ड्यूटी निभा रहा सी। सूत्रां दे मुताबक कमलजीत दे बाहर किसी होर औरत नाल नाजायज़ संबंध सन, जिस करके घर च अक्सर कलेश रहिंदा सी। बीते दिन रोज़ाना दी तरह कमलजीत ड्यूटी ते जांदा है। फिर जब शाम नू घर परतता है तां घर दा दरवाज़ा अंदरों बंद मिलता है। काफ़ी देर तक खड़काउण अते आवाज़ां मारन तो बाद जब दरवाज़ा नहीं खोलिया जांदा तां कमलजीत खिड़की पट के अंदर जांदा है। फिर अंदर दा भयानक सीन देख उत्थे ही बेहोश हो जांदा है। ਛੋਟੇ ਬੱਚੇ ਨਾਮ ਕੀ ਹੈ? ਇਹ ਭਾਵਨਾ। ਉਹ ਕਿੰਨੀ ਉਮਰ ਦਾ ਸੀ ਛੋਟਾ? ਇੱਕ ਮਾਂ ਜਿਹਦੀ ਉਮਰ 40 ਸਾਲ ਹੈ, ਬੱਚੀ ਦੀ ਉਮਰ 5 ਸਾਲ ਹੈ। ਦੋ ਗੋਲੀਆਂ ਸਾਡੇ ਕੋਲ ਆਈਆਂ ਨੇ, ਉਹਨਾਂ ਦੇ ਕਾਰਨ ਕਲੀਅਰ ਨਹੀਂ ਹੈ ਪੂਰੀ ਤਰ੍ਹਾਂ। ਉਹਨਾਂ ਦੇ ਜਿਹੜਾ ਹਸਬੈਂਡ ਹੈ ਉਹ ਅਨਕੌਨਸ਼ੀਅਸ ਹੈ, ਬੋਲਣ ਦੀ ਹਾਲਾਤ 'ਚ ਨਹੀਂ ਹੈ। ਇਸ ਤੋਂ ਜ਼ਿਆਦਾ ਹਾਲੇ ਕੁਛ ਨਹੀਂ ਹੈ, ਤਫਤੀਸ਼ ਕਰ ਰਹੇ ਹਾਂ, ਬਾਕੀ ਡਿਟੇਲ ਦੇਖਦੇ ਹਾਂ। ਇਹ ਜੀ ਮੁੰਡਾ ਸੀ ਕਮਲਜੀਤ ਸਿੰਘ, ਭਵਾਨੀਗੜ੍ਹ ਦਾ ਰਹਿਣ ਵਾਲਾ ਸੀ, ਉਰੇ ਕੁਆਟਰ ਸੀਗਾ ਬਾਬਾ ਨਾਨਕ ਦਾਸ ਜੀ ਸਮਾਰਕ ਕੋਲ ਜੀ। ਇਹ ਮੁੰਡਾ ਲੱਗਿਆ ਇੰਸਟਰਕਟਰ ਲੱਗਿਆ ITI ਸੁਨਾਮ ਵਿਖੇ, ਠੀਕ ਹੈ ਜੀ। ਇੱਕ ਇਹਦੀ ਬੇਟੀ ਸੀਗੀ, ਇਹਦੀ ਇੱਕ ਘਰਵਾਲੀ ਸੀਗੀ, ਕੁਆਟਰ 'ਚ ਰਹਿੰਦੇ ਤੇ ਉਹ ਜਦ ਉਹਦੇ ਘਰਵਾਲਾ ਕਮਲਜੀਤ ਸਿੰਘ ਘਰ ਆਇਆ ਜੀ, ਅੰਦਰੋਂ ਗੇਟ ਬੰਦ ਸੀ ਅੰਦਰੋਂ ਜੀ। ਮੁੜ ਕੇ ਉਹ ਜਦ ਗੇਟ ਗੂਟ ਦੇਖਿਆ, ਕੁਆਟਰ ਨੂੰ ਪੁੱਛਿਆ ਕਿਸੇ ਨੇ ਖੋਲਿਆ ਨਹੀਂ, ਮੁੜ ਕੇ ਉਹ ਜੀ ਤਾਕੀ ਰਾਹੀਂ ਪੱਟ ਕੇ ਦਾਖਲ ਹੋ ਗਿਆ ਅੰਦਰ ਜੀ, ਠੀਕ ਹੈ ਜੀ। ਦਾਖਲ ਹੋ ਗਿਆ, ਮੁੜ ਕੇ ਕੁਆਟਰ ਇਕੱਠੇ ਹੋ ਗਏ ਵੀ ਕਿਉਂ ਨਹੀਂ ਖੋਲਿਆ ਨੇ ਅੰਦਰੋਂ। ਮੁੜ ਕੇ ਹੋਰ ਮੁੰਡਾ ਉਹਨੇ ਫੋਨ ਕਰਤਾ ਜੀ, ਹੋਰ ਮੁੰਡੇ ਆ ਗਏ ਉੱਥੇ, ਉਹ ਦੂਜੇ ਕੁਆਟਰ ਰਾਹੀਂ ਦਾਖਲ ਹੋ ਗਏ ਜੀ। ਦਾਖਲ ਹੋ ਕੇ ਦੇਖਿਆ ਜਿਹੜੀਆਂ ਮਰ ਕੇ ਦੋ ਡੈੱਡ ਬੋਡੀਆਂ ਪਈਆਂ ਸੀਗੀਆਂ, ਇੱਕ ਦਾ ਕਮਲਜੀਤ ਕੌਰ ਕਮਲਜੀਤ ਸਿੰਘ ਦੇ ਘਰ ਵਾਲੀ ਸੀਗੀ ਅਮਨਦੀਪ ਕੌਰ, ਇੱਕ ਬੱਚੀ ਸੀ ਉਹਦੀ ਭਾਵਨਾ ਸਿੰਘ ਜੀ, ਉਹ ਬੈੱਡ 'ਤੇ ਪਈਆਂ ਸੀਗਾ। ਜਿਹੜਾ ਕਮਲਜੀਤ ਸਿੰਘ ਉਹ ਵੀ ਮਰ ਕੇ ਬੇਹੋਸ਼ ਦੀ ਹਾਲਤ ਵਿੱਚ ਪਿਆ ਸੀਗਾ। ਆਹ ਚੀਜ਼ ਹੈ ਜੀ, ਆਹ ਗੱਲਬਾਤ ਆ। ਉਹ ਸਵੇਰੇ ਕਾਰ ਵੀ ਐਮਰਜੈਂਸੀ ਜੋ ਵੀ ਹੋਊਗਾ ਜੀ, ਸਵੇਰੇ ਪਤਾ ਲੱਗੂ ਵੀ ਜਿਹੜੀ ਮੌਤ ਆ ਉਹ ਕਿਵੇਂ ਹੋਈ ਆ। ਜ਼ੇਰੇ ਇਲਾਜ ਕਮਲਜੀਤ ਸਿੰਘ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ। ਖੈਰ, ਇਸ ਸੰਬੰਧ 'ਚ ਪੁਲਿਸ ਨੇ ਮ੍ਰਿਤਕ ਅਮਨਪਾਲ ਕੌਰ ਦੇ ਭਰਾ ਰਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਮਲਜੀਤ ਸਿੰਘ ਦੇ ਖਿਲਾਫ਼ ITI ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ। ਬਾਬਾ ਯਾਮੀਨ ਬੰਗਾਲੀ, ਪੰਜਾਬ ਦੇ ਨੰਬਰ 1 ਤਾਂਤਰਿਕ ਗੋਲਡ ਮੈਡਲਿਸਟ, ਬੰਗਾਲ ਤੋਂ ਸਿੱਧੀ ਪ੍ਰਾਪਤ, ਪੱਕਾ ਕੰਮ ਪੱਕਾ ਹੱਲ, 101% ਗਰੰਟੀ, ਅਸ਼ਟਾਮ ਪੇਪਰ ਸਮੇਤ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਨਬਨ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ, ਸੰਪਰਕ ਕਰੋ ਬਾਬਾ ਯਾਮੀਨ ਬੰਗਾਲੀ, 96435-0321।